गुरु जी के दर्शन हो
सतगुरु नाम जप जप जीव सतगुरु नाम गुरु जी के दर्शन ओ बन जाओ गुरु जी के दर्शन ओ बन गुरु जी के दर्शन
जप जप जीवा
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਪੰਜਵੇਂ ਪੁੱਤਰ ਦਾ ਜਦੋਂ ਜਨਮ ਹੋਇਆ ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਆਸਾ ਕੀ ਵਾਰੀ ਦਾ ਕੀਰਤਨ ਸੁਣ ਰਹੇ ਨੇ। ਮੇਵੜੇ ਨੇ ਆ ਕੇ ਵਧਾਈ ਦਿੱਤੀ, ਆਪ ਜੀ ਦੇ ਗ੍ਰਹਿ ਵਿਖੇ ਪੰਜਵੇਂ ਪੁੱਤਰ ਦਾ ਜਨਮ ਹੋਇਆ। ਸ਼੍ਰੀ ਆਸਾ ਕੀ ਵਾਰੀ ਦੀ ਚੌਂਕੀ ਦੀ ਸਮਾਪਤੀ ਤੋਂ ਉਪਰੰਤ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਗੁਰੂ ਕੇ ਮਹਿਲ ਅੰਮ੍ਰਿਤਸਰ ਪਹੁੰਚੇ। ਬੱਚੇ ਨੂੰ ਜਦੋਂ ਗੋਦ ਵਿੱਚ ਲਿਆ, ਸੀਸ ਝੁਕਾ ਦਿੱਤਾ। ਭਾਈ ਸਾਹਿਬ ਭਾਈ ਬਿਧੀ ਚੰਦ ਨੇ ਇੱਕ ਸਵਾਲ ਕੀਤਾ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੇ, ਇਸ ਬੱਚੇ ਨੂੰ ਸੀਸ ਝੁਕਾਉਣ ਦਾ ਮਤਲਬ ਕੀ? ਤੇ ਮੁਖਾਰ ਬਿੰਦ ਦੇ ਬਚਨ ਕਹੇ, ਦੀਨ ਰਚ ਸੰਕਟ ਹਰੈ ਆਖੋ ਵਾਹਿਗੁਰੂ। ਇਹ ਗਰੀਬਾਂ ਦੀ ਪੱਤ ਰੱਖੇਗਾ, ਮੁਸੀਬਤਾਂ ਵਿੱਚ ਫਸਿਆਂ ਹੋਇਆਂ ਨੂੰ ਕੱਢੇਗਾ, ਇਹ ਗਰੀਬਾਂ ਦਾ ਰੱਖਿਅਕ ਹੋਏਗਾ, ਧਰਮ ਦਾ ਰੱਖਿਅਕ ਹੋਏਗਾ। ਤੇ ਨਾਲ ਹੀ ਅਰਦਾਸ ਨਿਕਲੀ, ਧੰਨ ਗੁਰੂ ਨਾਨਕ ਸਾਹਿਬ ਇਸ ਬੱਚੇ ਨੂੰ ਧੀਰਜ ਬਖਸ਼ਣਾ, ਅਡੋਲਤਾ ਬਖਸ਼ਿਸ਼ ਕਰਨੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਦੀ ਉਮਰ 115 ਸਾਲ ਦੀ ਹੈ। ਬਾਲ ਅਵਸਥਾ ਵਿੱਚ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪਹਿਲੀ ਵਾਰ ਅੱਜ ਦਰਸ਼ਨ ਕੀਤੇ, ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਮੁਖਾਰਬੇ 'ਚ ਬਚਨ ਨਿਕਲੇ, ਪਰਮੇਸ਼ਰ ਨੇ ਲੱਗਦਾ ਇਸੇ ਕਰਕੇ ਮੇਰੀ ਉਮਰ ਇਤਨੀ ਵੱਡੀ ਕੀਤੀ, ਤੇਰੇ ਵਰਗੇ ਜਤੀ ਤਪੀ ਬੈਰਾਗੀ ਅਤੇ ਬੰਦਗੀ ਦੀ ਮੂਰਤ ਦੇ ਮੈਂ ਦੀਦਾਰ ਕਰ ਸਕਾਂ, ਆਖੋ ਵਾਹਿਗੁਰੂ, ਇਸੇ ਕਰਕੇ ਮੇਰੀ ਉਮਰ ਇਤਨੀ ਹੈ। ਅਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਪਾਸੋਂ ਇਹਨਾਂ ਗੁਰਮਤ ਦੀ ਵਿੱਦਿਆ ਲਈ, ਗੁਰਬਾਣੀ ਦੀ ਵਿੱਦਿਆ ਗ੍ਰਹਿਣ ਕੀਤੀ, ਉਹਨਾਂ ਦੀ ਗੋਦ ਵਿੱਚ ਰਹੇ। 4 ਸਾਲ ਦੀ ਉਮਰ ਹੋਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ। ਇਹਨਾਂ ਦੇ ਵੱਡੇ ਪ੍ਰਾਤਾ ਬਾਬਾ ਗੁਰਦਿੱਤਾ ਜੀ ਦਾ ਵਿਆਹ ਸੀ, ਬਰਾਤ ਦੀ ਪੂਰੀ ਤਿਆਰੀ ਹੋ ਚੁੱਕੀ ਹੈ। ਗਰੀਬ ਬਾਲਕ ਤਨ ਤੇ ਕੱਪੜਾ ਨਹੀਂ, ਕਦੇ ਅੱਗੇ ਹੋ ਰਿਹਾ, ਕਦੇ ਪਿੱਛੇ ਹੋ ਰਿਹਾ। 4 ਸਾਲ ਦੀ ਉਮਰ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਸੋਂ ਇਸ ਗਰੀਬ ਬੱਚੇ ਦਾ ਨੰਗੇਜ਼ ਨਹੀਂ ਦੇ ਕੇ ਆ ਗਿਆ। ਆਪਣੇ ਤਨ ਤੇ ਪਾਈ ਹੋਈ ਕੀਮਤੀ ਪੁਸ਼ਾਕ ਲਾ ਕੇ ਉਸ ਗਰੀਬ ਬੱਚੇ ਦੇ ਉੱਤੇ ਪਾ ਦਿੱਤੀ। ਅਤੇ ਮਾਤਾ ਜੀ ਰੋਸ ਕਰਨ ਲੱਗੇ, ਸਮੇਂ ਬਰਾਤ ਟੁੱਕ ਚੁੱਕੀ ਹੈ। ਜਦੋਂ ਤਾੜਨਾ ਕਰ ਰਹੇ ਸੀ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਮਨ੍ਹਾ ਕੀਤਾ, ਇਹਨਾਂ ਨੂੰ ਕੁਛ ਨਹੀਂ ਕਹਿਣਾ। ਇਹ ਉਹੀ ਚਾਦਰ ਜਿਹੜੀ 4 ਸਾਲ ਦੀ ਉਮਰ ਵਿੱਚ ਗਰੀਬ ਬੱਚੇ ਦਾ ਨੰਗੇ ਟੱਕਿਆ, ਸਮਾਂ ਆਏਗਾ ਇਹ ਸੀਸ ਰੂਪੀ ਚਾਦਰ ਪਾ ਕੇ ਹਿੰਦ ਦਾ ਨਗੇ ਢਕੇ, ਧਰਮ ਦੀ ਚਾਦਰ ਬਣੇਗੀ। ਇੱਕ ਦਿਨ ਮਾਤਾ ਨਾਨਕੀ ਜੀ ਕਹਿਣ ਲੱਗੇ, ਵੱਡੇ ਹਨ ਬਾਬਾ ਗੁਰਦਿੱਤਾ ਜੀ ਆਪਣੇ ਪਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗੇ, ਬੜੇ ਨਿਪੁੰਨ ਨੇ, ਸਾਰੀ ਜ਼ਿੰਮੇਵਾਰੀ ਨਿਭਾ ਰਹੇ ਨੇ, ਉਹਨਾਂ ਨੂੰ ਇਤਨਾ ਸਤਿਕਾਰ ਨਹੀਂ ਦੇ ਰਹੇ, ਉਹਨਾਂ ਤੋਂ ਛੋਟੇ ਹਨ। ਬਾਬਾ ਸੂਰਜਮਲ ਜੀ ਉਹ ਵੀ ਜ਼ਿੰਮੇਵਾਰੀਆਂ ਪੂਰੀ ਬਾਖੂਬੀ ਨਾਲ ਨਿਭਾ ਰਹੇ ਨੇ, ਉਹਨਾਂ ਨੂੰ ਵੀ ਇਤਨਾ ਆਦਰ ਨਹੀਂ ਦੇ ਰਹੇ, ਅਤੇ ਉਹਨਾਂ ਤੋਂ ਛੋਟੇ ਹਨ। ਬਾਬਾ ਅਣੀ ਰਾਏ ਜੀ ਉਹਨਾਂ ਨਾਲ ਵੀ ਇਤਨਾ ਪਿਆਰ ਨਹੀਂ ਕਰਦੇ, ਸਾਰਿਆਂ ਨਾਲ ਛੋਟੇ ਹਨ। ਤੇਗ ਬਹਾਦਰ ਜੀ ਅਤੇ ਇਤਨਾ ਪਿਆਰ। ਅਤੇ ਮਾਤਾ ਨਾਨਕੀ ਆਪਣੇ ਮਹਿਲਾਂ ਨੂੰ ਕਹਿਣ ਲੱਗੇ, ਤੁਸੀਂ ਪੁੱਛ ਕੇ ਕੀ ਲੈਣਾ? ਕਹਿੰਦੇ, ਨਹੀਂ, ਮੇਰੀ ਕੁੱਖ 'ਚੋਂ ਇਸ ਦਾ ਜਨਮ ਹੋਇਆ ਨਾ, ਇਸ ਨੂੰ ਇਤਨਾ ਮਾਣ, ਇਤਨਾ ਸਤਿਕਾਰ। ਕਹਿਣ ਲੱਗੇ, ਜੇ ਫਿਰ ਪੁੱਛਿਆ, ਮੈਂ ਕਹਿ ਦਿਆਂ ਇਹ ਧੀਰਜ ਵਾਲਾ ਹੋਏਗਾ, ਆਪਾ ਵਾਰਨਾ ਵਾਲਾ ਹੋਏਗਾ, ਇਸਦੇ ਗ੍ਰਹਿ ਵਿਖੇ ਸੂਰਵੀਰ ਯੋਧੇ ਦਾ ਜਨਮ ਹੋਏਗਾ, ਜੋ ਬੜਾ ਤੇਜ਼ ਪ੍ਰਚੰਡ ਵਾਲਾ ਹੋਏਗਾ, ਦੁਸ਼ਟਾਂ ਦਾ ਦਮਨ ਕਰੇਗਾ, ਇਸ ਕਰਕੇ ਮੈਂ ਇਸ ਨੂੰ ਇਤਨਾ ਪਿਆਰ ਅਤੇ ਮਾਣ ਦੇ ਰਿਹਾ।
9 ਸਾਲ ਦੀ ਉਮਰ ਹਨ। ਇਹਨਾਂ ਦੇ ਵੱਡੇ ਭਰਾਤਾ ਬਾਬਾ ਅਟਲ ਰਾਏ ਜੀ ਦੇ, ਮਾਤਾ ਨਾਨਕੀ ਦੀ ਕੁੱਖੋਂ ਦੋ ਹੀ ਪੁੱਤਰ ਜਨਮੇ ਹਨ, ਇੱਕ ਬਾਬਾ ਅਟਲ ਰਾਏ, ਦੂਸਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ। ਅਤੇ ਆਪਣੇ ਮਿੱਤਰ ਮੋਹਨ ਜੀ ਨਾਲ ਖੇਡਦਿਆਂ ਉਹਨਾਂ ਵੱਲ ਵਾਰੀ ਰਹਿ ਗਈ। ਅਗਲੇ ਦਿਨ ਹੱਥ ਵਿੱਚ ਖੁੰਡੀ ਫੜ ਕੇ ਉਸਨੂੰ ਜ਼ਿੰਦਾ ਕੀਤਾ ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਸੰਗਤਾਂ ਵਧਾਈ ਦੇ ਰਹੀਆਂ, ਤੁਹਾਡੇ ਪੁੱਤਰ ਨੇ ਅੱਜ ਕਰਾਮਾਤ ਦਿਖਾਈ। ਕਹਿਣ ਲੱਗੇ ਬੁਲਾ ਕੇ ਲਿਆ, ਪੁੱਛਿਆ ਦਰਗਾਹ ਦੇ ਵਿੱਚ ਥਾਂ ਖਾਲੀ ਹੋਈ ਸੀ, ਤੁਹਾਨੂੰ ਕੀ ਹੱਕ ਸੀ ਉਸਨੂੰ ਜ਼ਿੰਦਾ ਕਰਨ ਦਾ, ਦੱਸੋ ਮੈਂ ਜਾਵਾਂ ਜਾਂ ਹੁਣ ਤੁਸੀਂ ਜਾਂਦੇ। ਬਾਬਾ ਅਟਲ ਰਾਏ ਨੇ ਸੀਸ ਝੁਕਾ ਦਿੱਤਾ, ਚਾਦਰ ਪਾਈ, ਸਰੀਰ ਛੱਡ ਦਿੱਤਾ। ਅਤੇ ਜਦੋਂ ਵੱਡੇ ਭਰਾ ਨੂੰ ਦੇਖਿਆ, ਛੋਟੀ ਉਮਰ ਦੇ ਵਿੱਚ ਵਿਛੋੜਾ ਪਿਆ, ਵੈਰਾਗ ਵਿੱਚ ਆ ਗਿਆ, ਕਿਸੇ ਨਾਲ ਬੋਲਦੇ ਨੇ। ਸਤਸੰਗ ਮੈਂ ਬੇਨਤੀ ਕਰਾਂ, ਜਦੋਂ ਕਿਸੇ ਅੰਦਰ ਰਸ ਭਰ ਜਾਏ ਨਾ, ਫਿਰ ਜ਼ਬਾਨ ਚੁੱਪ ਹੋ ਜਾਂਦੀ। ਭਾਈ ਗੁਰਦਾਸ ਜੀ ਦਾ ਵਚਨ ਹੈ, ਮੂੰਹ ਭਰਿਆ ਕਿਉਂ ਬੋਲੀਐ, ਰਸ ਜੀਵ ਰਸਾਲੇ। ਉਹ ਫਿਰ ਘੱਟ ਬੋਲਣਗੇ, ਘੜਾ ਭਰਿਆ ਹੋਵੇ ਨਾ, ਆਵਾਜ਼ ਨਹੀਂ ਦੇਵੇਗਾ, ਖਾਲੀ ਘੜਾ ਆਵਾਜ਼ ਦਿੰਦਾ। ਆਕਾਸ਼ ਤੋਂ ਸਵਾਂਤੀ ਬੂੰਦ ਹੇਠਾਂ ਡਿੱਗਦੀ ਹੈ, ਸਿੱਪੀ ਦਾ ਮੂੰਹ ਖੁੱਲ੍ਹਾ ਹੁੰਦਾ, ਜਦੋਂ ਸਿੱਪੀ ਦੇ ਮੂੰਹ ਵਿੱਚੋਂ ਸਵਾਂਤੀ ਬੂੰਦ ਪੈ ਜਾਏ, ਸਿੱਪੀ ਦਾ ਮੂੰਹ ਬੰਦ ਹੋ ਜਾਂਦਾ। ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਦੇਖਿਆ, ਬਚਪਨ ਦੇ ਵਿੱਚ ਮੇਰਾ ਭਰਾ ਬਾਬਾ ਅਟਲ ਰਾਏ ਸਰੀਰ ਛੱਡ ਚੁੱਕੇ ਹੈ, ਬਿਰਹਾ ਵਿੱਚ ਆ ਗਏ, ਬੜੇ ਗੰਭੀਰ ਨੇ, ਬਹੁਤ ਘੱਟ ਬੋਲਦੇ, ਹਰ ਸਮੇਂ ਵਿਰਾਗ ਦੇ ਵਿੱਚ ਨੇ, ਅੰਦਰ ਅਨੁਰਾਗ ਪੈਦਾ ਹੋ ਗਿਆ। ਇੱਧਰੋਂ ਦਿੱਲੀ ਵਿਖੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਆਪਣਾ ਚੋਲਾ ਤਿਆਗਣ ਲੱਗੇ, ਸਿੱਖ ਸੰਗਤਾਂ ਵੈਰਾਗ ਵਿੱਚ ਨੇ, ਦੀਵਾਨ ਦੁਰਗਾ ਮੱਲ ਕਹਿਣ ਲੱਗੇ, ਕੀ ਖੇਡ ਵਰਤਾਉਣ ਲੱਗੇ। ਕਹਿਣ ਲੱਗੇ ਸੰਗਤ ਕਿਸ 'ਤੇ ਲੜ ਲੱਗੇਗੀ, ਉਸੇ ਸਮੇਂ ਜੋ ਗੁਰਤਾ ਦੀ ਮਰਿਆਦਾ ਪੂਰਨ ਕਰਨ ਲਈ ਸਮੱਗਰੀ ਸੀ ਨਾ, ਮੰਗਾਈ ਗਈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮੰਜੇ 'ਤੇ ਲੇਟੇ ਸਨ, ਤਿੰਨ ਪਰਿਕਰਮਾ ਕਰਕੇ ਨਾਰੀਅਲ 'ਤੇ 5 ਪੈਸੇ ਰੱਖ ਕੇ ਉੱਥੇ ਸੀਸ ਚੁਬਾ ਦਿੱਤਾ ਅਤੇ ਬਚਨ ਕੀਤਾ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਅਤੇ ਸੰਗਤਾਂ ਨੇ ਪੁੱਛਿਆ, ਕਿਹੜੇ ਬਾਬੇ ਦੀ ਗੱਲ ਕਰ ਰਹੇ? ਕਹਿਣ ਲੱਗੇ ਸੰਗਤਾਂ ਆਪੇ ਪ੍ਰਗਟ ਕਰ ਲੈਣਗੀਆਂ। ਮੈਂ ਹੋਰ ਸੰਖੇਪ ਕਰਾਂ, ਇੱਧਰੋਂ ਮੱਖਣ ਸ਼ਾਹ ਲਵਾੜੇ ਦਾ ਜਹਾਜ਼ ਡੁੱਬਦਾ ਜਾ ਰਿਹਾ, ਉਸਨੇ ਅਰਦਾਸ ਕੀਤੀ, ਜੇ ਸੰਸਾਰ ਦੇ ਵਿੱਚ ਕੋਈ ਸਮਰੱਥ ਗੁਰੂ ਹੈ, ਮੇਰਾ ਬੇੜਾ ਬੰਨੇ ਲੱਗ ਜਾਏ, ਮੈਂ 500 ਮੋਹਰਾਂ ਭੇਟਾਂ ਕਰਾਂ। ਜਹਾਜ਼ ਬੰਨੇ ਲੱਗਿਆ, ਕਿਉਂਕਿ ਇਸ਼ਾਰਾ ਕਰ ਗਏ ਸੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਬਾਬਾ ਬਸੈ ਜੇ ਗ੍ਰਾਮ ਬਕਾਲੇ। ਇੱਥੇ 22 ਮੰਡੀਆਂ ਲੱਗ ਗਈਆਂ, ਧੀਰ ਮਲੀ ਆ ਕੇ ਬੈਠ ਗਏ। ਮੱਖਣ ਸ਼ਾਹ ਨਵਾਣਾ ਵੀ ਬਾਬੇ ਬਕਾਲੇ ਪਹੁੰਚਿਆ, ਹੁਣ ਪਤਾ ਨਹੀਂ ਸੀ ਸੱਚਾ ਗੁਰੂ ਕਿਹੜਾ, 2-2 ਮੋਹਰਾਂ ਸਾਰਿਆਂ ਅੱਗੇ ਰੱਖ ਰਿਹਾ ਅਤੇ ਅਸੀਸਾਂ ਦੇ ਰਹੇ, ਤੁਹਾਡੇ ਘਰ ਪੁੱਤਰ ਹੋਵੇ, ਤੁਹਾਡੇ ਘਰ ਬਰਕਤਾਂ ਪੈਣ, ਮਨ ਨਹੀਂ ਭਜੀਦਿਆ। ਸੱਚਾ ਗੁਰੂ ਤਾਂ ਨਾਮ ਦੀ ਸੀਸ ਦਏਗਾ, ਸਿੱਖਾ ਤੈਨੂੰ ਨਾਮ ਨਾ ਭੁੱਲੇ, ਤੈਨੂੰ ਨਾਮ ਦੀ ਯਾਦ ਬਣੀ ਰਹੇ। ਅਤੇ ਜਦੋਂ ਨਿਰਾਸ਼ ਹੋਇਆ, ਬਿਰਧ ਮਾਤਾ ਨੇ ਕਿਹਾ, ਭੋਰੇ ਵਿੱਚ 27 ਸਾਲ ਤੋਂ ਇੱਕ ਮਹਾਂਪੁਰਸ਼ ਬੈਠੇ ਬੰਦਗੀ ਕਰ ਰਹੇ, ਅਜੇ ਭੋਰੇ ਚੰਦਰ ਗਿਆ, 2 ਮੋਹਰਾਂ ਅੱਗੇ ਰੱਖਣ ਲੱਗਿਆ, ਮੋਢੇ ਤੋਂ ਚਾਦਰ ਹਟਾਈ, ਦੇਖਿਆ ਨਿਸ਼ਾਨ ਪਿਆ ਸੀ। ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, 500 ਸੋਕੇ 2 ਰੱਖ ਰਹੇ ਹੈ, ਆਹ ਦੇਖ ਮੋਢੇ 'ਤੇ ਨਿਸ਼ਾਨ ਪਿਆ। ਉਸੇ ਸਮੇਂ ਚਰਣਾ 'ਤੇ ਚਫਾਲ ਡਿੱਗ ਪਿਆ, ਉੱਚੀ ਉੱਚੀ ਕਹਿਣ ਲੱਗਿਆ, ਗੁਰੂ ਰਾਧੋ ਰੇ, ਗੁਰੂ ਰਾਧੋ ਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਰੌਲਾ ਨਾ ਪਾਈ, ਤੇਰਾ ਮੂੰਹ ਕਾਲਾ ਕਰਨਾ, ਕੈਸੇ ਗੁਰੂ ਹੋਣਗੇ, ਆਪਣੇ ਆਪ ਨੂੰ ਪ੍ਰਗਟ ਨਹੀਂ ਕਰ ਰਹੇ। ਮੱਖਣ ਸ਼ਾਹ ਲਵਾਣੇ ਨੇ ਆਪਣਾ ਮੂੰਹ ਕਾਲਾ ਕੀਤਾ, ਕੋਠੇ 'ਤੇ ਚੜ੍ਹ ਕੇ ਪੱਲੂ ਫੇਰ ਕੇ ਗਿਆ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਕਾਸ਼ ਕਿਤੇ ਕਿ ਅੱਜ ਮੱਖਣ ਸ਼ਾਹ ਲਵਾਣੇ ਵਰਗਾ ਸਿਦਕਵਾਨ ਸਿੱਖ ਆ ਜਾਏ, ਉਹ ਵੀ ਪੱਲੂ ਫੇਰ ਕੇ ਕਰੇ, ਧੰਨ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਕੋਈ ਨਹੀਂ। ਆਓ ਸੰਸਾਰ ਦੇ ਲੋਕੋ, ਜੇ ਮਨੁੱਖਤਾ ਦਾ ਪਾਰ ਉਤਾਰਾ ਹੋ ਸਕਦਾ, ਤੁਹਾਡੇ ਜੀਵਨ ਦੀ ਬੇੜੀ
जे नैया किनारे लग सकती है केवल शब्द गुरु दे लड़ लग के हर थां थां ते दे गुरु बने बैठे ने थां थां ते अज अडंबर रचे हुए ने कोई मक्खन शाह लवाने वर्गा अज सिद्क वन सिख अगे आए वह भी पल्लू फेर के कहे इको एक सच्चा गुरु जी सब सिखन को हुक्म है गुरु मान्यो ग्रंथ गुरु ग्रंथ जी मान्यो प्रगट गुरां की देह जो प्रभ को मिल बोच है खोज शब्द में दे ते जो तो प्रगट हो गए ना तीरमल इन्हों का भतीजा बाबा गुरदित्ता जी का बेटा है ते इसने अपने मसंद शीए नू किया धन गुरु तेग बहादुर साहब ते गोली चलाई जाए कहिंदे मत्थे नू जदों गोली चीर के लंघी मक्खन शाह लबाणा अपने नाल 500 सिपाही रखदा हर समय पैरों नंगे उस समय निशाना सेध के तीरमल नू कहन लग्या तैनू पता होना चाहिए सिख का जीवन गुरु लई अर्पण है जे कोई गुरु वल अख भी चुकदा सिख बर्दाश्त नहीं कर सकता मुश्कां बल नहीं शीए मसंद दियां तीर मल नूं पैरों नंगा तोर के धन गुरु तेग बहादुर साहब के चरणों च लै गए आ तकना हुण कैसा रूप इन्हां दा धन गुरु तेग बहादुर साहब मक्खन शाह लबाणे नूं कहन लगे शीए मसंद दियां मुश्कां खोल दे जितना गुरु घर दा साजो समान तीर मल ने लुटिया ना ये पुआड़े की जड़ है इन्हें असी रखना दे दे वापस ते तीर मल नूं कहन लगे खिमा तो वड्डा कोई दान नहीं है वाहिगुरु तेरा भला करे तेरा अंदरला शांत हो सके तेरे अंदरले दी अग बुझ सके नाम करके उसनू असीस दे रहे हैं इतनी निर्वैरता इतना खेमा लग कि उत्ते फिर समान भी वापस किया ते खेमा भी किया आओ एक शब्द पढ़ के दास ने आग्या मंगनी है क्योंकि 9:45 तक समा है बनारस विखे जदों धन गुरु तेग बहादुर साहब पहुँचे ने एक पंडित नाल मिलाप होया ते पंडित ने कहा बुद्धि दे हुंदियां लोग गुराह पै रहे हैं धन गुरु तेग बहादुर साहब कहन लगे पंडित जी बुद्धि तृष्णा दे अधीन है तृष्णा होमे विचों जन्म लैंदी है पंज विकार पंज चोर साडे अंदर बैठे ने दिन रात साडी गुणा की पूंजी नूं लुट रहे हैं धर्म दे विच करनी प्रधान है ते बनारस की धरती ते जिहड़ा शब्द उस समय धन गुरु तेग बहादुर साहब ने उचारिया आपां सारे रल के वह शब्द जो पंडित नूं मुखातम हुंदे आ ये शब्द पढ़िया साधो मन का मान त्याग साधो मन का मान त्यागो साधो मन का मान त्यागो साधो
काम क्रोध संगत दूर जान की काते निष्भागो काते निष्भागो काते सुख दुख दोनों सम कर जाने और मान अपमाना हरख शोक तेरा अतीता तिन जग तत पछाना तिन जग तत पछाना तिन जग तत उस्तत निंदा तो आगे खोजे पद निर्वाणा जन नानक एह खेल कठिन है किन्हूं गुर मुख जाना जन नानक एह
ਛੱਡ ਸਕਦਾ ਹੈ, ਘਰ ਬਾਰ ਵੀ ਤਿਆਗ ਸਕਦਾ ਹੈ, ਸਰੀਰ ਵੀ ਤਿਆਗ ਸਕਦਾ, ਪਰ ਹਉਮੈ ਨਹੀਂ ਛੱਡੀ ਜਾਂਦੀ। ਸਰੀਰ ਦੇ ਤਿਆਗਣ ਤੋਂ ਬਾਅਦ ਵੀ ਇਹ ਮੈਂ ਅਤੇ ਮੇਰੀ ਨਾਲ ਜਾਂਦੀ ਜੇ, ਅਤੇ ਰੱਬ ਹੋਰ ਜਨਮ ਦੇ ਦੇ। ਭਗਤ ਕਬੀਰ ਵੀ ਗੱਲ ਕਹਿ ਗਏ, ਕਬੀਰ ਮਾਇਆ ਤਜੀ ਤੋਂ ਕਿਆ ਹੁਆ ਜੋ ਮਾਨ ਤਜਿਆ ਨਾ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ, ਇਹ ਹੰਕਾਰ ਸਾਰਿਆਂ ਨੂੰ ਗਾਏ। ਮਾਇਆ ਦੇ ਤਿਆਗੀ ਹੋਣ ਦਾ ਵੀ ਹੰਕਾਰ ਹੈ, ਇਹ ਅਖੀਰਲੇ ਸਮੇਂ ਤੱਕ ਨਾਲ ਜਾਏਗਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਤੇ ਹਉਮੈ ਮਿਟ ਸਕਦੀ ਹੈ। ਭਗਤ ਕਬੀਰ ਜੀ ਦੀ ਇੱਕੋ ਗੱਲ ਮੰਨ ਲਈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖਾਂ ਤਾਂ ਤੂੰ, ਮੈਂ ਕਰਨੀ ਛੱਡ ਕੇ ਤੂੰ ਹੀ ਤੂੰ ਕਰਨਾ ਸ਼ੁਰੂ ਕਰ। ਜਿਉਂ ਜਿਉਂ ਤੂੰ ਹੀ ਤੂੰ ਕਰਦਾ ਜਾਏਗਾ ਕਰਦਾ ਜਾਏਗਾ, ਇੱਕ ਦਿਨ ਕੀ ਹੋਏਗਾ, ਮੈਂ ਅਤੇ ਮੇਰੀ ਨਹੀਂ ਰਹੇਗੀ। ਅਤੇ ਸ਼ਬਦ ਵਿੱਚ ਸਤਿਗੁਰੂ ਤੇਗ ਬਹਾਦਰ ਸਾਹਿਬ ਇਹ ਗੱਲ ਸਮਝਾ ਗਏ, ਸਾਧੋ ਮਨ ਕਾ ਮਾਨ ਤਿਆਗੋ, ਇਹ ਅਹੰਕਾਰ ਛੱਡ ਦਿਓ। ਅਤੇ ਹੰਕਾਰ ਹੈ ਕੀ ਹੈ, ਮੈਂ ਹਾਂ, ਇਹ ਮੇਰਾ ਬਲ ਹੈ, ਇਹ ਮੇਰਾ ਗਿਆਨ ਹੈ, ਇਹ ਮੇਰਾ ਅਹੁਦਾ ਹੈ। ਹੁੰਦਾ ਫੜੀਅਗ ਨਾਨਕ ਜਹਾਂ, ਸਮਝ ਲੈਣਾ ਉਹ ਬੰਨਿਆ ਗਿਆ ਜਿਹੜਾ ਆਪਣੇ ਆਪ ਨੂੰ ਕੁਛ ਸਮਝ ਰਿਹਾ ਮੈਂ ਹਾਂ। ਨਾ ਹੋ ਨਾ ਮੈਂ ਜੂਨੀ ਪਾਣ, ਨਾ ਮੈਂ ਕਰਦਾ ਨਾ ਜਿਹੜਾ ਮੈਂ ਵਿੱਚ ਨਹੀਂ ਉਹ ਜੂਨਾਂ ਵਿੱਚ ਨਹੀਂ। ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਨੇ ਕਹਿ ਦਿੱਤਾ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਸਾਰ ਕੀਆ ਪਯੋ ਕਬੀਰ ਕਬੀਰ, ਮੈਂ ਕੁਛ ਕੀਤਾ ਹੀ ਨਹੀਂ ਨਾ ਕਰਨ ਜੋਗਾ। ਗੁਰੂ ਕਿਰਪਾ ਕਰੇ ਜਿਉਂਦਿਆਂ ਮਿਟ ਜਾਏ। ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਿ ਨਿਸਭਾਗੋ, ਇਹਨਾਂ ਤੋਂ ਪਰੇ ਹਟ ਜਾਓ। ਪੈੜੇ ਮਨੁੱਖ ਦੀ ਸੰਗਤ ਅਤੇ ਵਿਕਾਰਾਂ ਦੀ, ਕਿਉਂਕਿ ਦੋ ਐਸੇ ਵਿਕਾਰ ਨੇ, ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ, ਸੋਨੇ ਨੂੰ ਗਾਲ ਦਿੰਦਾ ਸੁਹਾਗਾ,
हे कल मूल करो तन अटकलां च कलेश क्यों हैं झगड़े क्यों हैं इस तो इको ही कारण जे क्रोध है कलेश की जड़ी क्रोध हे कल मूल क्रोधं कदंच करना ना उपरजते बिखियंत जीवं वस्यं क्रोध निर्जं क्रोध जटा मरगट है जिमें बांदर टपुसियां मारद क्रोध बंदा ही उछलता है। तो पंथ रतन भाई साहब भाई जसवीर सिंह खालसा समझाते क्रोध का आरंभ मूर्खता तो होंगे अंत पछतावे तो होंगे कहिंदे तुसीं बाद विच वी सौरी कौन है अपने मन नूं पहले ही समझा लो वाहिगुरु वाहिगुरु करना शुरू कर दे वो थां ही छड़ दे क्रोध तो बचण दी कोई जुगत है। काम क्रोध संगत दुर्जन की ताते अह निस्पागो सुख दुख दोनों सम कर जाना और मान अपमान बंदा सुख विच हंकारी हो जाता है तो दुख विच हाय हाय करता है। तो सतगुरों ने सानू एक जुगत दिती है सुख दुख दोएदार कपड़े पैरे जाए मनुख दुख ते सुख कर्मा करके आते जदों दुख दे विच भी उसनू याद करेगा ना कीतियां दुख भुख सद मार ए भी दात तेरी दातार की होएगा दुख दारू सुख रोग पया दुख तेरे लिए दवाई बन जाएगा ते जे सुख विच भुला दिता ये तेरे लिए रोग बन जाएगा। गुरु कृपा करे असी बैलेंस बना सकी जे सुख दे तां तुझे अरादी दुख भी तुझे ते आई जे भुख दे तां इत ही राजा दुख विच सुख मनाई असी दुख विच भी कितने राजा विच आ जाए ये गुरमति जुगत है। सुख दुख दोनों सम कर जाना और मान अपमाना इज्जत हो रही है खुश ना होना तो बेइज्जती हो गई ये भी हुक्म दे विच जे रोना ना कल्पना ना हर एक सोग ते रह दीता तीन जग तत् पछाना जीवन की असलीयत उन्होंने पता चली जेड़े दुख ते सुख नूं इको जिहा समझदे तन भाई भिखारी पुत्र का जन्म हो रहा है बरात चढ़ी है डोली कार आई है तो पुत्र की मौत हो गई उही अर्थी उही बस्तर जो एक दिन पहला सीता है उसके उत्ते पा दिता है संस्कार कर आया। तो गुरमुख ने पूछा जिसनों सतगुरु रामदास जी ने भेजा सी भाई भिखारी के घर कहने लगे तुहानू पता सी खेड़ता कहिंदे फिर अरदास क्यों नहीं की पुत्र की मौत ना होंदी कहिंदे रजा दे विच दखल है पानी दी लंघना है। ऐसा जीवन जेड़ा सुख अते दुख हर खते सोग विच इको जिहा है कोई गम नहीं कोई पीड़ा नहीं कोई सेक नहीं अंदर ले उस्तत निंदा दो त्यागै खोजै पद निर्वाणा वासना तो रहत अवस्था उन्हां नूं मिलेगी जेड़े उस्तत अते निंदा नूं सम करके जानणगे। ते उस्तत की हुंदी है कंडे नूं फुल कहना उस्तत दे हनेरे नूं प्रकाश कहना ये उस्तत है ते चोर नूं साधु कहना ये उस्तत हुंदी है ते निंदिया की है फुल नूं कंडा कहना ये निंदिया की प्रकाश नूं हनेरा कहना साधु नूं चोर कहना गल कटा के कहनी है निंदिया ते वधा के कहनी उस्तत है। ते सतगुरां ने सानूं मना कीता है तू उस्तत अते निंदिया दे विच इक्को जिहा रहि निंदा अपनी करिया कर मेरे औगुण बड़े ने ते उस्तत निरंकार दी करिया कर उस्तत मन मैं कर निरंकार मनुखां दी ना कर इत्थी रह जाएगी निरंकार दी उस्तत कर ये तेरे नाल जाएगी। उस्तत निंदा दो त्यागै खोजै पद निर्वाणा जिन्हां ने वासना तो रहत पदवी प्राप्त की धन गुरु तेग बहादुर साहब कह के जन नानक के खेल कठिन है ये निर्वाण पदवी वाली खेल है बड़ी औखी किसी गुरमुख ने खेडी है गुरु कृपा करे असी ये खेल खेडनी शुरू करिए दुख अते सुख उस्तत अते निंदा हरख अते सोग मान अते अपमान इन्हां दे विच बैलेंस बन सके विकारां नूं त्याग सकीए शब्द की कमाई करदे आं साडा जीउंदिआं माण टुट जाए ये मनाया होया प्रकाश पुरब सफल हो जाएगा। जे ना अमृत बचना उपदेशां अनुसार असीं जीवन किते जी सकीए जी बहुत बहुत वधाइयां हन तन तन श्री गुरु तेग बहादुर साहिब दे पित्तर प्रकाश पुरब दी समूह संगत नूं प्रबंधक वीरां नूं बहुत ही शलाघा जोग तुम हर साल
ਬਹੁਤ ਪਿਆਰ ਅਤੇ ਉਤਸ਼ਾਹ ਨਾਲ ਅੰਮ੍ਰਿਤਸਰ ਸਾਹਿਬ ਹੈੱਡ ਗ੍ਰੰਥੀ ਸਾਹਿਬ ਸਾਰੇ ਪ੍ਰਬੰਧਕ ਵੀਰ ਵਧਾਈ ਦੇ ਪਾਤਰ ਹਨ। ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ ਸ਼ੀਸ਼ ਬਖਸ਼ਣੀ ਗੁਰੂ ਦੀ ਮਦਦ 'ਤੇ ਨਜ਼ਰ ਕਰਕੇ ਸੇਵਾ ਹੋ ਸਕੇਗੀ। ਆਓ ਜੋ ਅਗਲਾ ਪ੍ਰੋਗਰਾਮ ਲਿਖਿਆ ਗਿਆ ਆਪ ਜੀ ਸਤਿਕਾਰ ਨਾਲ ਸਰਵਣ ਕਰਨਾ, ਦਾਸਿਆਂ ਨੂੰ ਆਗਿਆ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ